ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੱਲ ਕਰਾਂਗੇ ਅਕਾਲੀ ਦਲ ਅਤੇ ਬਸਪਾ ਦੇ ਹੋਏ ਗੱਠਜੋੜ ਦੀ, ਕਿਉਂਕਿ ਬਹੁਤ ਵੱਡੇ ਪੱਧਰ 'ਤੇ ਜਿਹੜੀ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੇ ਪੰਥਕ ਹਲਕੇ ਨੇ ਉਹ ਵੀ ਅਕਾਲੀ ਦਲ ਵੱਲੋਂ ਬਸਪਾ ਨੂੰ ਸੌਂਪ ਦਿੱਤੇ ਗਏ ਨੇ। ਸੋ ਇਸ ਦੇ ਲਈ ਅਸੀਂ ਅੱਜ ਗੱਲ ਕਰਾਂਗੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਾਬਕਾ ਡਿਪਟੀ ਮੇਅਰ ਅਤੇ ਪੰਥਕ ਆਗੂ ਮਨਜੀਤ ਸਿੰਘ ਸੇਠੀ ਜੀ ਦੇ ਨਾਲ। ਮਨਜੀਤ ਸਿੰਘ ਸੇਠੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੇਠੀ ਸਾਹਿਬ, ਵੀ ਜਿਵੇਂ ਹੁਣ ਬਸਪਾ ਅਤੇ ਅਕਾਲੀ ਦਲ ਦਾ ਆਪਸ 'ਚ ਗੱਠਜੋੜ ਹੋਇਆ, ਪਰ ਇਸ ਤੋਂ ਪਹਿਲਾਂ ਭਾਜਪਾ ਅਤੇ ਅਕਾਲੀ ਦਲ ਦਾ ਜਿਹੜਾ ਗੱਠਜੋੜ ਹੋਇਆ ਸੀ, ਅਤੇ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਉਹ ਗੱਠਜੋੜ ਤੋੜ ਕੇ ਜਿੱਥੇ 9 ਮਾਸ ਦਾ ਰਿਸ਼ਤਾ ਕਹਿੰਦੇ ਸੀ ਅਕਾਲੀ ਦਲ, ਉਹਨੂੰ ਐਸੀ ਕੀ ਨੌਬਤ ਆ ਗਈ ਕਿ ਉਹਨੂੰ ਬਸਪਾ ਦੇ ਨਾਲ ਖੜਨਾ ਪਿਆ, ਜਦਕਿ 1996 ਦੇ ਵਿੱਚ ਵੀ ਇਹ ਬਸਪਾ ਦੇ ਨਾਲ ਖੜੇ ਸੀਗੇ, ਉਸ ਤੋਂ ਬਾਅਦ ਟੁੱਟੇ, ਅਤੇ ਅੱਜ ਫਿਰ ਦੁਬਾਰਾ ਕੀ ਨੌਬਤ ਆ ਗਈ? ਦੇਖੋ ਜੀ, ਪਹਿਲੀ ਤਾਂ ਗੱਲ ਇਹ ਹੈ ਜਿਹੜੀ ਤੁਸੀਂ ਗੱਲ ਕੀਤੀ BSP ਨਾਲ ਜੁੜਨ ਦੀ, ਗੁਰੂ ਸਾਹਿਬ ਦਾ ਸੰਦੇਸ਼ ਹੈ ਮਾਨਸ ਕੀ ਜਾਤ ਸਭੇ ਇੱਕ ਹੀ ਪਹਿਚਾਣ ਬੋਧੇ। ਉਸ ਨਜ਼ਰੀਏ ਨਾਲ ਦੇਖੀਏ ਤਾਂ ਸਾਡੇ ਵਾਸਤੇ BSP BJP ਕੋਈ ਮਹਿਨੇ ਨਹੀਂ ਰੱਖਦੀਆਂ, ਪਾਰਟੀਆਂ ਦੇ ਨਾਂ ਨੇ। ਅਸੀਂ ਤਾਂ ਹਰ ਇਨਸਾਨ ਨੂੰ ਇੱਕ ਬਰਾਬਰ ਦਾ ਇਨਸਾਨ ਸਮਝਦੇ ਹਾਂ। ਮੈਂ ਤੁਹਾਨੂੰ ਕਲੀਅਰ ਕਰਦਿਆਂ, ਵੈਸੇ ਕਾਫੀ ਇੱਥੇ ਦੇ ਲੋਕਲ ਲੀਡਰਸ ਸਾਹਿਬਾਨ ਅਤੇ ਹੋਰਾਂ ਦੇ ਦਿਮਾਗ 'ਚ ਇਹ ਗੱਲ ਹੈਗੀ ਹੈ ਕਿ ਵੀ ਮੈਂ ਅਕਾਲੀ ਦਲ ਤੋਂ ਹਟ ਗਿਆ, ਛੱਡ ਗਿਆ, ਕੁਛ ਕਰ ਗਿਆ। ਮੈਂ ਅੱਜ ਵੀ ਅਕਾਲੀ ਹਾਂ, ਮੈਂ ਮਰਾਂਗਾ ਵੀ ਅਕਾਲੀ, ਅਤੇ ਮੈਂ ਹੋ ਸਕਦਾ ਮੇਰੀ ਸ਼ਾਇਦ ਮੜੀ ਵੀ ਕਿਸੇ ਹੋਰ ਪਾਰਟੀ ਨਾਲ ਨਾ ਜਾਵੇ। ਪਰ ਮੈਂ ਦੁੱਖ ਮੈਨੂੰ ਇਸ ਚੀਜ਼ ਦਾ ਆਉਂਦਾ ਹੈ ਜਦੋਂ ਕਿ ਇੱਕ ਰਵਾਇਤੀ ਅਕਾਲੀ ਪਾਰਟੀ ਜਿਹਦੇ ਨਾਲ ਅਸੀਂ ਮਾਂ ਪਾਰਟੀ ਜਿਹਨੂੰ ਕਹਿ ਲਈ ਅਸੀਂ ਉਹਦੇ ਨਾਲ ਜੁੜੇ ਹੋਏ ਸੀਗੇ, ਉਹਦੇ ਵਿੱਚ ਜਿਹੜੀਆਂ ਨਿਗਾਰ ਆਇਆ, ਨਿਗਾਰ ਆਉਣ 'ਤੇ ਅਸੀਂ ਜਦੋਂ ਕੋਈ ਕੁਸ਼ਚਨ ਰੇਜ਼ ਕੀਤੇ ਤਾਂ ਉਹ ਬੰਦਿਆਂ ਨੇ ਸਾਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਵੀ ਇਹ ਸਾਡੇ ਨਾਲ ਨਹੀਂ ਚੱਲ ਸਕਦੇ। ਬਿਲਕੁਲ, ਅਸੀਂ ਪਿੱਛੇ ਹਟਣੇ ਸ਼ੁਰੂ ਹੋ ਗਏ ਸੀਗਾ ਵੀ ਅਸੀਂ ਕਿਸੇ ਹੋਰ ਪਾਰਟੀ 'ਚ ਤਾਂ ਜਾਣਾ ਨਹੀਂ, ਅਤੇ ਅਕਾਲੀ ਦਲ ਸਾਡੀ ਗੱਲ ਨਹੀਂ ਸੁਣ ਰਿਹਾ, ਇਸ ਲਈ ਬਿਹਤਰ ਇਹੀ ਆ ਵੀ ਆਪਣਾ ਘਰ ਬੈਠ ਜਾਓ ਆਰਾਮ। ਸੋਚ ਸਾਡੀ ਅੱਜ ਵੀ ਅਕਾਲੀ ਹੈ, ਅਕਾਲੀ ਰਹਿਣੀ। ਅਸੀਂ ਅੱਜ ਵੀ ਦਿਨੇ ਰਾਤ ਇਹੀ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਇਸ ਬਣਾਈ ਹੋਈ ਮਰਜ਼ੀ ਬੜਿਆਂ ਦੀ ਪਾਰਟੀ ਨੂੰ ਚੜ੍ਹਦੀ ਕਲਾ ਬਖਸ਼ੇ। ਹੁਣ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ BJP ਨਾਲ ਅਤੇ BSP ਨਾਲ ਜੋੜ ਦੀ ਹੁਣ ਕਿਉਂ ਲੋੜ ਪੈ ਗਈ, ਇਹ ਪੋਲੀਟੀਕਲੀ ਤੌਰ ਦੇ ਉੱਤੇ ਗੁਰੂ ਸਾਹਿਬਾਨ ਨੇ ਵੀ ਕਿਹਾ ਹੈ, ਕੋ ਕਹੂੰ ਕੋ ਰਾਜ ਨਾ ਦੇ ਹੈ, ਜੋ ਲੇ ਹੈ ਨਿੱਜ ਬਲ ਸੇ ਲੇ ਹੈ। ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਿਲੇ ਹੈ। ਇਹ ਸਾਨੂੰ ਲੋੜ ਹੈ ਰਾਜਸੀ ਪਾਰਟੀ ਦੀ, ਰਾਜਸੀ ਤਾਕਤ ਦੀ ਲੋੜ ਹੈ। ਕਿਸੇ ਧਰਮ ਨੂੰ ਪ੍ਰਫੁੱਲਤ ਕਰਨ ਵਾਸਤੇ ਰਾਜ ਦਾ ਹੋਣਾ ਜ਼ਰੂਰੀ ਹੈ, ਪਰ ਉਹ ਰਾਜ ਹੋਣਾ ਚਾਹੀਦਾ ਜਿਹੜਾ ਧਰਮ ਦੀਆਂ ਦੱਸੀਆਂ ਹੋਈਆਂ ਸਿੱਖਾਵਾਂ ਦੇ ਅਨੁਸਾਰ ਚੱਲਦਾ ਹੋਵੇ। ਪਰ ਅੱਜ ਸਾਡੀ ਪਾਰਟੀ ਦੇ ਵਿੱਚ ਕਾਫੀ ਨਿਗਾਰ ਆਇਆ, ਮੈਂ ਨਾਂ ਨਹੀਂ ਲੈਣਾ, ਪਰ ਮੈਂ ਚਾਹੁੰਦਾ ਕਿ ਮਹਾਰਾਜ ਇਹਨਾਂ ਸਾਰੇ ਬੰਦਿਆਂ ਨੂੰ, ਕੋਈ ਵੀ ਹੈ ਛੋਟਾ ਹੈ ਵੱਡਾ, ਸਾਰਿਆਂ ਨੂੰ ਮਹਾਰਾਜ ਆਪਣੀ ਸਮੱਤ ਬਖਸ਼ੇ ਅਤੇ ਚੰਗੇ ਮਾਰਗ 'ਤੇ ਚੱਲਦੇ ਹੋਏ ਅਸੀਂ ਪਾਰਟੀ ਨੂੰ ਅੱਗੇ ਲੈ ਕੇ ਜਾਈਏ। ਜਿੱਥੇ ਤੁਸੀਂ BSP ਦੀ ਗੱਲ ਕੀਤੀ ਹੈ, BSP ਦਾ ਜੋੜ 96 'ਚ ਵੀ ਸਾਡੇ ਨਾਲ ਸੀ, ਉਦੋਂ ਕਾਂਸ਼ੀ ਰਾਮ ਸੀਗੇ ਉਸ ਵੇਲੇ। ਇੱਕ ਅੱਜ ਦੇ ਲੀਡਰ ਜੋ ਕਹਿੰਦੇ ਨੇ ਇਹਨਾਂ ਨੂੰ, ਸ਼ਾਇਦ ਉਸ ਵਕਤ ਮੈਂ ਇਹਨਾਂ ਦੇ ਚਿਹਰੇ ਕਦੇ ਦੇਖੇ ਵੀ ਨਹੀਂ ਸੀ ਅਕਾਲੀ ਦਲ ਦੇ ਵਿੱਚ, ਠੀਕ ਹੈ, ਜਿਹੜੇ ਅੱਜ ਮੁੱਖ ਬੁਲਾਰੇ ਵੀ ਕੋਈ ਨੇ, ਕੋਈ ਸੀਨੀਅਰ ਲੀਡਰ ਵੀ ਨੇ, ਇਹਨਾਂ 'ਚੋਂ ਕਾਫੀ ਬੰਦਿਆਂ ਦੇ ਉਹ ਚਿਹਰੇ ਨਹੀਂ ਦੇਖੇ ਉਹਨਾਂ ਉਸ ਵਕਤ 96 'ਚ, ਜਿਹੜੇ ਅੱਜ 96 ਦੀਆਂ ਗੱਲਾਂ ਕਰਦੇ ਨੇ। 96 ਦੇ ਵਿੱਚ ਸਾਡੀ ਜਿੱਤ ਪ੍ਰਾਪਤੀ ਦੇ 2-3 ਕਾਰਨ ਸੀਗੇ। ਉਸ ਵਕਤ ਪੰਜਾਬ ਦੇ ਵਿੱਚ ਇੱਕ ਐਡਾ ਵੱਡਾ ਘੱਲੂਘਾਰਾ ਚੱਲ ਰਿਹਾ ਸੀ ਕਿ ਸਿੱਖ ਨਸਲਕੁਸ਼ੀ ਜਿਹੜੀ ਹੈ ਖਾਲੀ ਦਿੱਲੀ 'ਚ ਹੀ ਨਹੀਂ ਹੋਈ, ਪੰਜਾਬ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਹੋ ਰਹੀ ਸੀ। ਰੋਜ਼ ਦਿਹਾੜੀ ਬੰਦੇ ਪੁਲਿਸ ਵੱਲੋਂ ਨਜਾਇਜ਼ ਤੌਰ 'ਤੇ ਇਨਕਾਊਂਟਰ ਕੀਤੇ ਜਾਂਦੇ ਸੀ। ਉਹ ਦੁੱਖ ਸਾਰਿਆਂ ਦੇ ਮਨਾਂ 'ਚ ਸੀਗਾ, ਉਹਦੇ 'ਚੋਂ ਕਾਫੀ ਸਾਰੇ ਬੰਦੇ BSP ਨਾਲ ਵੀ ਰਿਲੇਟਡ ਸੀਗੇ, ਅਤੇ ਕਾਫੀ ਸਾਡੇ ਸਿੱਖ ਮਾਸਿਸ ਦਾ ਜਿਹੜਾ ਇੱਕ ਥੀਮ ਬਣ ਚੁੱਕਿਆ ਸੀ ਉਹ ਇਹੀ ਬਣ ਚੁੱਕਿਆ ਸੀ ਵੀ ਅਸੀਂ ਅਕਾਲੀ ਦਲ ਨੂੰ ਪ੍ਰਫੁੱਲਤ ਕਰਨਾ। ਉਹ ਅਕਾਲੀ ਲੀਡਰ ਵੀ ਬੜੇ ਵਧੀਆ ਸੀ, ਜਿੱਦਾਂ ਗੁਰਚਰਨ ਸਿੰਘ ਟੋੜੇ ਵਰਗੇ, ਪ੍ਰਕਾਸ਼ ਸਿੰਘ ਬਾਦਲ ਜਿਹੜੇ ਵੱਡੇ ਬਾਦਲ ਸਾਹਿਬ ਨੇ, ਮੈਂ ਅੱਜ ਵੀ ਉਹਨਾਂ ਦੀ ਇੱਜ਼ਤ ਕਰਦਾ ਵੀ ਬਹੁਤ ਲੰਬੀ ਸੋਚ ਦੇ ਮਾਲਕ ਨੇ ਉਹ। ਅਤੇ ਹੋ ਸਕਦਾ ਵੀ ਮੈਂ ਸੁਖਬੀਰ ਦੇ ਨੇੜੇ ਬਹੁਤਾ ਕਦੇ ਲੱਗਿਆ ਨਹੀਂ, ਹੋ ਸਕਦਾ ਇਹਦੀ ਵੀ ਸੋਚ ਲੰਬੀ ਹੋਵੇ, ਪਰ ਮੈਨੂੰ ਜੋ ਐਕਟ ਹੈ ਉਹਦੇ ਤੋਂ ਨਹੀਂ ਲੱਗਿਆ ਕਦੇ ਵੀ, ਠੀਕ ਹੈ, ਵੀ 19 ਸੋਚ ਦੇ ਮਾਲਕ ਇਹ ਹੋਣ। ਸਮਾਂ ਆਉਂਦਾ ਗਿਆ, ਚੇਂਜ ਹੁੰਦੇ ਗਏ। ਕੱਲ੍ਹ PTC ਦੇ ਇੱਕ ਚੱਲ ਰਹੀ ਸੀ ਨਿਊਜ਼, ਉਹਦੇ 'ਚ ਇੱਕ ਲੀਡਰ ਜਿਹੜਾ
आम तुसीं डिबेट दे उत्ते देखदे हो बराड़ साहब 96 दी गल बड़ी वार वार दोहरा रहे सी और मैं दावे ना कहना कि मैं 96 च कदे उन्हां नूं देखे ही नहीं सी अकाली दल दे किसे फंक्शन च भी बिल्कुल ठीक किसे फंक्शन च नहीं सी देखिया रादर मैं कह दिया कि 97 तो बाद भी कदे नहीं सी देखिया 96 दी तां गल ही बहुत दूर दी है 2002 तक मैं उन्हां दे चेहरे नूं कदे नहीं सी देखिया कि भी ओह किरे अकाली दल वास्ते कोई उन्हां ने काम कीता होवे ठीक है किस वेले किहड़ा बंदा एंटर कर गया उन्हें किन्नी अपनी कंट्रीब्यूशन देती ठीक है वधिया गल है देनी भी चाहिए है करनी भी चाहिए है पर असी प्रैक्टिकल देखिया 96 असी लड़ाई लड़ी है 96 च भी अकाली दल वास्ते लड़ी है सारिया थावां ते लड़दे रहे पर मैं ये दावे नाल कहना कि BSP का जोड़ पा के असी तां ही कामयाब होवांगे जिद्दां 84 कांग्रेस नूं हजे तक नहीं ना छड़ सकी हाँ ते बरगाड़ी अकाली दल नूं नहीं छड़ रही हजे तक बिल्कुल नहीं छड़ रही नहीं छड़ रही ਇਹਦਾ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ ਮਾਸਿਸ ਵਾਸਤੇ ਬਰਗਾੜੀ ਕੇਸ ਕੋਟਕਪੂਰਾ ਗੋਲੀ ਕਾਂਡ ਇਹ ਕੇਸ ਕਲੀਅਰ ਹੋਣੇ ਬਹੁਤ ਜ਼ਰੂਰੀ ਨੇ ਸਿੱਖ ਮਾਸਿਸ ਦੀਆਂ ਵੋਟਾਂ ਨੂੰ ਕੈਪਚਰ ਕਰਨ ਵਾਸਤੇ ਉਹਦੇ ਵਿੱਚ ਜਿਹੜੇ ਹੁਣ ਬਰਗਾੜੀ ਵਾਲੀ ਗੱਲ ਕਰੀਏ ਜੇ ਉਹ ਤਾਂ ਉਹਦੇ ਵਿੱਚ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਵੀ ਸਿੱਟ ਨੇ ਜਿਹੜਾ ਕਿ 16 ਜੂਨ ਨੂੰ ਬੁਲਾ ਲਿਆ ਹੋਇਆ ਕਿ ਜਿਹਦੀ ਚੋਣਾਂ ਦੀ ਪੁੱਛਗਿੱਛ ਹੋਣੀ ਹੈ ਅਤੇ ਚਲੋ ਇਸ ਦੇ ਨਾਲ ਦੂਜੀ ਗੱਲ ਇਹ ਹੈ ਕਿ ਜਿਹੜੀ ਮੇਨ ਮੁੱਖ ਗੱਲ ਅਸੀਂ ਦੇਖੀਏ ਸ਼੍ਰੀ ਅਨੰਦਪੁਰ ਸਾਹਿਬ ਹਲਕਾ ਮੈਂ ਦੱਸ ਹਾਂਜੀ ਅਤੇ ਜਿਹੜਾ ਚਮਕੌਰ ਸਾਹਿਬ ਹਲਕਾ ਆ ਉਹ ਇੰਝ ਨਹੀਂ ਲੱਗਦਾ ਜਿਵੇਂ ਅਕਾਲੀ ਦਲ ਦੇ ਹੱਥੋਂ ਖੁੱਸ ਗਿਆ ਹੋਵੇ ਤੁਸੀਂ ਪਹਿਲਾਂ ਗੱਲ ਕੀਤੀ ਸੀ ਇਸ ਦਾ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਟ ਨੇ ਬੁਲਾ ਲਿਆ ਬਿਲਕੁਲ ਸਿੱਟ ਨੇ ਤਾਂ ਪਹਿਲਾਂ ਵੀ ਬੁਲਾ ਲਿਆ ਸੀ ਹਾਂਜੀ ਸਿੱਟ ਕੋਲ ਪਹਿਲਾਂ ਵੀ ਉਹਨਾਂ ਨੇ ਬਿਆਨ ਦਰਜ ਕਰਾਤੇ ਬਿਲਕੁਲ ਮੰਨ ਲਿਆ ਹਰੇਕ ਬੰਦੇ ਦੀ ਆਪਣੀ ਥਾਟਸ ਹੁੰਦੀਆਂ ਨੇ ਵਿਜੇ ਕੰਵਰ ਪ੍ਰਤਾਪ ਸਿੰਘ ਦੀ ਥਾਟਸ ਨਾ ਕੰਮ ਕੀਤੀ ਹੋਵੇ ਹੁਣ ਜਿਹੜੀ ਨਵੀਂ ਸਿੱਟ ਨੇ ਬਣਾਏ ਨੇ ਕੋਈ ਵੱਖਰੀ ਥਾਟਸ ਲੈ ਕੇ ਉਹਨਾਂ ਕੋਲੋਂ ਕੋਈ ਬਿਆਨਬਾਜ਼ੀ ਲੈਣੀ ਹੋਵੇ ਲੈ ਲੈਣ ਪਰ ਮੈਂ ਅੱਜ ਵੀ ਦਾਅਵੇ ਨਾਲ ਕਹਿੰਦਾ ਵੀ ਪ੍ਰਕਾਸ਼ ਸਿੰਘ ਬਾਦਲ ਦਾ ਸ਼ਾਇਦ ਉਹਦੇ 'ਚ ਕੋਈ ਰੋਲ ਨਾ ਹੋਵੇ ਸ਼ਾਇਦ ਕਹਿ ਰਿਹਾ ਕਿਉਂਕਿ ਪਰਮਾਤਮਾ ਨੂੰ ਪਤਾ ਮੈਨੂੰ ਨਹੀਂ ਪਤਾ ਇਸ ਚੀਜ਼ ਬਾਰੇ ਮੈਂ ਅੱਜ ਵੀ ਮੈਂ ਸਮਝਦਾ ਕਿ ਵੀ ਉਹਦਾ ਇਸ ਕਰਕੇ ਰੋਲ ਨਹੀਂ ਹੋ ਸਕਦਾ ਵੀ ਉਹ ਆਪਣੀ ਕਾਫੀ ਜ਼ਿੰਦਗੀ ਦਾ ਉਮਰ ਦਾ ਸਫ਼ਰ ਕਾਫੀ ਲੰਬਾ ਤੈਅ ਕਰ ਚੁੱਕੇ ਨੇ ਇਸ ਉਮਰ 'ਚ ਆ ਕੇ ਜਲਦੀ ਕਿਤੇ ਕੋਈ ਬੰਦਾ ਇਹੋ ਜਿਹਾ ਸਟੈਪ ਨਹੀਂ ਚੱਕਦਾ ਹੁੰਦਾ ਜਿੱਦਾਂ ਦੇ ਉਹਨਾਂ 'ਤੇ ਐਲੀਗੇਸ਼ਨ ਆ ਰਹੇ ਨੇ ਪਰ ਜੇਕਰ ਆਉਂਦੇ ਨੇ ਤਾਂ ਇਸ ਤੋਂ ਘਰਾਉਣੀ ਗੱਲ ਕੋਈ ਨਹੀਂ ਹੋਏਗੀ ਠੀਕ ਹੈ ਪਰ ਦੂਜੀ ਗੱਲ ਮੈਂ ਕਹਿੰਦਾ ਵੀ ਜੇ ਇਹਦਾ ਕੋਈ ਰਿਜ਼ਲਟ ਵੀ ਤਾਂ ਨਿਕਲੇ ਖਾਲੀ ਬਿਆਨ ਲੈਣ ਦੇ ਨਾਲ ਤਾਂ ਨਹੀਂ ਗੱਲ ਬਣ ਜਾਣੀ ਬਿਲਕੁਲ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਤਲਬ ਕਰਕੇ ਤਾਂ ਕੋਈ ਬਿਆਨ ਨਹੀਂ ਅਸਲੀ ਜਿਹੜਾ ਅਸਲੀ ਇਹਦੇ ਵਿੱਚ ਕਲਪਰੇਟ ਹੈ ਨਾ ਉਹ ਮੈਨੂੰ ਲੱਗਦਾ ਵੀ ਸ਼ਾਇਦ ਸਾਰਿਆਂ ਨੂੰ ਪਤਾ ਸੀ ਉਸ ਵਕਤ ਦੀ ਮੌਜੂਦਾ ਸਰਕਾਰ ਨੂੰ ਉਹਨਾਂ ਨੂੰ ਫੜਿਆ ਨਹੀਂ ਆਪਣੀਆਂ ਵੋਟਾਂ ਦੇ ਲਾਲਚ ਦੇ ਪਿੱਛੇ ਉਹ ਸਰਸਾਲਾ ਸੀਗਾ ਰਾਮ ਰਹੀਮ ਠੀਕ ਹੈ ਉਹ ਇਹਨਾਂ ਦੇ ਆਪਣੇ ਵੋਟਾਂ ਦੇ ਲਾਲਚ ਪਿੱਛੇ ਉਹਨੂੰ ਕੈਪਚਰ ਨਹੀਂ ਕੀਤਾ ਮੈਂ ਕਹਿੰਦਾ ਮੇਰਾ ਪਿਓ ਹੈ ਗੁਰੂ ਗ੍ਰੰਥ ਸਾਹਿਬ ਬਿਲਕੁਲ ਅਤੇ ਮੈਂ ਹੋਵਾਂ ਇੱਥੇ ਦਾ ਹਕੂਮਤ ਦਾ ਮਾਲਕ ਅਤੇ ਮੈਂ ਤਾਂ ਸੋਵਾਂ AC 'ਚ ਮੇਰੇ ਪਿਓ ਦੇ ਅੰਗ ਜਿਹੜੇ ਨੇ ਉਹ ਸੜਕਾਂ 'ਤੇ ਘੁੰਮਦੇ ਹੋਣ ਇਹ ਗਲਤੀ ਇਹਨਾਂ ਤੋਂ ਹੋਈ ਹੈ ਇਹ ਇਹਨਾਂ ਨੂੰ ਮੰਨਣੀ ਵੀ ਪੈਣੀ ਹੈ ਸੰਗਤ ਤੋਂ ਜਿੰਨੀ ਦੇਰ ਇਹ ਨਹੀਂ ਮੰਨਣਗੇ ਨਾ ਉਨੀ ਦੇਰ ਸੰਗਤ ਮਾਫ਼ ਨਹੀਂ ਸੰਗਤ ਬੜੀ ਬਿਆਨਤਾ ਮਾਫ਼ ਵੀ ਕਰ ਦਿੰਦੀ ਹੈ ਇਹ ਮਾਫ਼ ਵੀ ਕਰ ਦੇਗੀ ਪਰ ਗੱਲ ਇਹ ਹੈ ਕਿ ਜਾਣਾ ਪੈਣਾ ਅਕਾਲੀ ਫੂਲਾ ਸਿੰਘ ਕੋਲ ਮਹਾਰਾ ਰਣਜੀਤ ਸਿੰਘ ਪੇਸ਼ ਹੋਇਆ ਹਾਂਜੀ 40 ਕੋੜੀਆਂ ਦੀ ਸਜ਼ਾ ਲਾਉਣ ਦੇ ਬਾਵਜੂਦ ਵੀ ਉਹਨੇ ਬੰਨ ਵੀ ਲਿਆ ਅਤੇ ਫਿਰ ਵੀ ਉਹਨੇ ਮਾਫ਼ੀ ਕਰ ਦਿੱਤੀ ਇੰਨਾ ਬਿਆਨਤਾ ਸਾਡਾ ਅਕਾਲ ਪੁਰਖ ਬਿਲਕੁਲ ਜੇ ਪੇਸ਼ ਤਾਂ ਹੋਵੋ ਬਿਲਕੁਲ ਜੇ ਗਲਤੀ ਹੋਈ ਹੈ ਮੰਨ ਲਓ ਕੋਈ ਗੱਲ ਨਹੀਂ ਗਲਤੀ ਹੋਈ ਹੈ ਮੈਨੂੰ ਇੱਕ ਲੀਡਰ ਨੇ ਕਿਹਾ ਜੀ ਹੁਣ ਤਾਂ ਪ੍ਰਧਾਨ ਜੀ ਨੇ ਬਿਆਨ ਦੇ ਦਿੱਤਾ ਕਿ ਵੀ ਜਿਹਨੇ ਬੇਅਦਬੀ ਕੀਤੀ ਹੈ ਉਹਦਾ ਕੱਖ ਨਾ ਰਹੇ ਮੈਂ ਕਿਹਾ ਯਾਰ ਇੱਕ ਲਾਈਨ ਹੋਰ ਐਡ ਕਰਾ ਦੇ ਇਹਦੇ 'ਚ ਕਹਿੰਦਾ ਕੀ ਮੈਂ ਕਿਹਾ ਵੀ ਇਹ ਵੀ ਕਰਾ ਦੇ ਕਿ ਜਿਹਨੇ ਬੇਅਦਬੀ ਕੀਤੀ ਉਹਦਾ ਕੱਖ ਨਾ ਰਹੇ ਪਰ ਜਿਹਨੂੰ ਪਤਾ ਸੀ ਵੀ ਬੇਅਦਬੀ ਇਹਨੇ ਕੀਤੀ ਹੈ ਅਤੇ ਉਹਨੇ ਉਸ ਵੇਲੇ ਮੌਕੇ 'ਤੇ ਫੜਿਆ ਨਹੀਂ ਉਹਦਾ ਵੀ ਕੱਖ ਨਾ ਰਹੇ ਠੀਕ ਫਿਰ ਤਾਂ ਮੈਂ ਕਿਹਾ ਬੜਾ ਸਵਾਦ ਦੀ ਗੱਲ ਆਊਗੀ ਫਿਰ ਤਾਂ ਮੈਨੂੰ ਪਤਾ ਲੱਗੂ ਵੀ ਅੰਦਰੋਂ ਸੱਚ ਬੋਲਿਆ ਜਾ ਰਿਹਾ ਹੁਣ ਮੈਨੂੰ ਕੋਈ ਅੱਧਾ ਸੱਚ ਅਤੇ ਅੱਧਾ ਵਿੱਚ ਮੈਂ ਕਿਹਾ ਛੁਪਾ ਲੱਗ ਰਿਹਾ ਉਹਦੇ 'ਚ ਮਿਕਸ ਲੱਗ ਅਤੇ ਮਿਕਸ ਜਿਹਾ ਲੱਗ ਰਿਹਾ ਹੁਣ ਜਿਹੜੀ ਤੁਸੀਂ ਰਵਾਇਤੀ ਗੱਲ ਕੀਤੀ ਸੀ ਨਾ ਵੀ ਚਮਕੌਰ ਸਾਹਿਬ ਅਤੇ ਅਨੰਦਪੁਰ ਸਾਹਿਬ ਦੀਆਂ ਸੀਟਾਂ ਇਹ ਸਾਡੀ ਅਕਾਲੀ ਦਲ ਦੀ ਹਿਸਟਰੀ ਨਾਲ ਵੀ ਸਾਡੀ ਸਿੱਖ ਹਿਸਟਰੀ ਨਾਲ ਵੀ ਜੁੜੀਆਂ ਹੋਈਆਂ ਦੋਨੋਂ ਸੀਟਾਂ ਨੇ ਬਿਲਕੁਲ ਇਹ ਸਾਡੇ ਵਿਰਸੇ ਨਾਲ ਜੁੜੀਆਂ ਹੋਈਆਂ ਨੇ ਅਨੰਦਪੁਰ ਸਾਹਿਬ ਦਾ ਛੱਡਣਾ ਚਮਕੌਰ ਦੀ ਗੜੀ 'ਚ ਆ ਕੇ ਸ਼ਹਾਦਤ ਪਾਣੀ ਵੱਡੇ ਸਾਹਿਬਜ਼ਾਦਿਆਂ ਦੀ ਫਿਰ ਮਾਛੀਵਾੜੇ ਤੋਂ ਹੁੰਦੇ ਹੋਏ ਸਫ਼ਰ ਤੈਅ ਕਰਦੇ ਹੋਏ ਆਪਣਾ ਸਿੱਖੀ ਦਾ ਜਿਹੜਾ ਸਰਹੰਦ 'ਤੇ ਪਹੁੰਚਦਾ ਸਫ਼ਰ ਅਤੇ 5-5 ਅਤੇ 6-6 ਸਾਲਾਂ ਦੇ ਬੱਚਿਆਂ ਦੀਆਂ ਉਸ ਵੇਲੇ ਸ਼ਹਾਦਤਾਂ ਇਹ ਵਿਰਸੇ ਨਾਲ ਜੁੜੀਆਂ ਹੋਈਆਂ ਸਾਡੀਆਂ ਹੈਗੀਆਂ ਨੇ ਅਸਥਾਨ
ਇਹਨਾਂ ਤੇ ਪੰਜ ਵਾਰ ਸਾਡੇ ਸਾਬਕਾ ਮੰਤਰੀ ਮਹਿਰੂਮ ਸਤਵੰਤ ਕੌਰ ਸੰਧੂ ਜੀ ਜਿੱਤ ਚੁੱਕੇ ਨੇ, ਪਹਿਲਾਂ ਉਹਨਾਂ ਦੇ ਹਸਬੈਂਡ ਜਿੱਤ ਚੁੱਕੇ ਸੀਗੇ, ਫਿਰ ਉਹ ਸੀਟਾਂ ਛੱਡ ਕੇ ਅਕਾਲੀ ਦਲ ਪਤਾ ਨਹੀਂ ਸਿੱਖ ਮਾਸਿਸ ਨੂੰ ਕੀ ਮੈਸੇਜ ਦੇਣਾ ਚਾਹੁੰਦਾ, ਸਾਡੀ ਸਮਝ ਤੋਂ ਬਾਹਰ ਹੈ। ਪਰ ਮੈਂ ਹੁਣ ਮੋਹਾਲੀ ਦੀ ਸੀਟ ਲੈ ਲਓ, ਇੱਕ ਜਰਨਲ ਸੀਟ ਹੈ, ਚਮਕੌਰ ਸਾਹਿਬ ਦੀ ਇੱਕ ਰਿਜ਼ਰਵ ਸੀਟ ਸੀਗੀ, ਮੰਨ ਲੈਂਦੇ ਹਾਂ BSP ਦਾ ਕੋਈ ਰਿਜ਼ਰਵ ਕੈਂਡੀਡੇਟ ਹੋਏਗਾ ਉਹਦੇ ਵਾਸਤੇ ਤੁਸੀਂ ਛੱਡ ਦਿਓ, ਚਲੋ ਮੰਨ ਲੈਂਦੇ ਹਾਂ ਛੱਡਤੀ, ਪਰ ਅਕਾਲੀ ਦਲ ਨੂੰ ਨਹੀਂ ਸੀ ਉਹ ਛੱਡਣੀ ਚਾਹੀਦੀ ਸੀਟ। ਅਸੀਂ ਵੀ ਤਾਂ ਉੱਥੋਂ ਰਿਜ਼ਰਵ ਕੈਂਡੀਡੇਟ ਹੀ ਖੜ੍ਹਾ ਕਰਦੇ ਰਹੇ ਹਾਂ ਹਮੇਸ਼ਾ, ਬੱਸੀ ਪਠਾਣਾ ਤੋਂ ਵੀ ਅਸੀਂ ਰਿਜ਼ਰਵ ਕੈਂਡੀਡੇਟ ਖੜ੍ਹਾ ਕਰਦੇ ਰਹੇ ਹਾਂ, ਬੱਸੀ ਪਠਾਣਾ ਦੀ BSP ਨੂੰ ਸੀਟ ਦੇਣੀ ਕੋਈ ਮੈਂ ਨਹੀਂ ਠੀਕ ਸਮਝਦਾ ਵੀ ਠੀਕ ਹੋਇਆ ਇਸ ਫੈਸਲਾ, ਵੀ ਨਿੱਜੀ ਫੈਸਲਾ ਹੋ, ਮੇਰਾ ਆਪਣਾ ਨਿੱਜੀ ਵਿਚਾਰ ਹੈ, ਪਾਰਟੀ ਦੀ ਸੋਚ ਵੱਡੀ ਆ, ਉਹਨੇ ਕੀ ਫੈਸਲਾ ਕੀਤਾ ਉਹ ਜਾਣਨ, ਪਰ ਸਾਡਾ ਇੱਕ ਫਰਜ਼ ਹੈ ਜੇ ਅੱਜ ਲੀਡਰ ਇਸ ਪਾਰਟੀ ਨੂੰ ਦੁਬਾਰਾ ਉੱਪਰ ਲੈ ਕੇ ਆਉਣਾ ਚਾਹੁੰਦੇ ਨੇ ਤਾਂ ਸਾਡੇ ਵਰਗੇ ਬੰਦਿਆਂ ਦੀਆਂ ਗੱਲਾਂ ਨੂੰ ਸੁਣ ਕੇ ਵਿਚਾਰਨ ਜ਼ਰੂਰ। ਅਸੀਂ ਅੱਜ ਵੀ ਕਹਿੰਦੇ ਹਾਂ ਵੀ ਮੋਹਾਲੀ ਦੀ ਸੀਟ, ਨਵਾਂਸ਼ਹਿਰ ਦੀ ਸੀਟ, ਅਨੰਦਪੁਰ ਸਾਹਿਬ ਦੀ ਸੀਟ, ਚਮਕੌਰ ਦੀ ਸੀਟ, ਇਹ ਪੱਠੇ ਬੱਸੀ ਪਠਾਣਾ ਦੀ ਸੀਟ, ਜਿਹੜੀਆਂ ਕਦੇ ਅਕਾਲੀ ਦਲ ਨੇ ਛੱਡੀਆਂ ਨਹੀਂ ਸੀ ਕਿਸੇ ਨੂੰ, ਉਹਨਾਂ ਨੂੰ ਛੱਡਣ ਦਾ ਮੈਸੇਜ ਕੀ ਦੇ ਰਹੇ ਨੇ ਵੀ ਇਹ ਸੀਟਾਂ ਇਹਨਾਂ ਦੇ ਜਿੱਤਣ ਦੇ ਕਾਬਲ ਨਹੀਂ ਹੈਗੀਆਂ, ਕਿ ਉਹ ਜੰਗ ਤੋਂ ਪਹਿਲਾਂ ਹੀ ਪ੍ਰਾਪਤ ਕਰ, ਹਾਂ ਜੰਗ ਤੋਂ ਪਹਿਲਾਂ ਅਸੀਂ ਹਥਿਆਰ ਸੁੱਟਣਾ ਚਾਹੁੰਦੇ ਹਾਂ? ਨਹੀਂ, ਮੈਂ ਤਾਂ ਨਹੀਂ ਕਹਿੰਦਾ ਵੀ ਇਹ ਹੋਵੇ ਠੀਕ ਫੈਸਲਾ, ਕੋਈ ਦੇਣੀਆਂ ਸੀਟਾਂ 117 'ਚੋਂ ਸੀਟਾਂ 'ਚ ਬੜੀਆਂ ਸੀਟਾਂ ਨੇ, ਜਿਹਨੂੰ ਮਰਜ਼ੀ ਦੇ ਦਿਓ, ਰਵਾਇਤੀ ਸੀਟਾਂ ਤਾਂ ਨਾ ਛੱਡੋ ਤੁਸੀਂ, ਬਿਲਕੁਲ ਜਿਹੜੀਆਂ ਸਾਡੀਆਂ ਰਵਾਇਤੀ ਸੀਟਾਂ ਨੇ। ਹੁਣ ਮੋਹਾਲੀ ਦੀ ਸੀਟ ਦੀ ਗੱਲ ਲੈ ਲਈ ਅਸੀਂ, ਤਾਂ ਤੁਸੀਂ ਥਾਲੀ 'ਚ ਪਰੋ ਕੇ ਦੇ ਰਹੇ ਹੋ ਸਿੱਧੂ ਨੂੰ ਸੀਟ, ਬਿਲਕੁਲ ਹੈ ਜੀ, ਇੱਥੇ ਬੰਦੇ ਆਪਣਾ ਕੀ ਕਹਿੰਦੇ ਨੇ ਜਦੋਂ 84 ਤੋਂ ਬਾਅਦ, ਜਦੋਂ 84 'ਚ ਦਿੱਲੀ ਦੰਗੇ ਹੋਏ ਨੇ, ਤਾਂ ਤੁਸੀਂ ਮੈਕਸੀਮਮ ਆਬਾਦੀ ਜਿਹੜੀ ਸੀ ਇੱਥੇ ਆਈ ਸੀ, ਉੱਥੋਂ ਦਿੱਲੀਓਂ ਸ਼ਿਫਟ ਹੋ ਕੇ ਆਈ ਸੀ, ਫਿਰ ਇਹ ਸੀਟ ਤਾਂ ਕਦੇ ਵੀ ਅਕਾਲੀ ਦਲ ਨੂੰ ਆਪਣੇ ਕੋਲ ਛੱਡਣੀ ਨਹੀਂ ਚਾਹੀਦੀ ਸੀ, ਕਿਉਂਕਿ ਇੱਥੇ ਕੈਪਟਨ ਕਮਲਜੀਤ ਸਿੰਘ ਦਾ ਵੀ ਕਾਫੀ ਰੋਲ ਹੈ, ਦਬਦਬਾ ਰਿਹਾ। ਦੂਜਾ ਸਰਦਾਰ ਬਚਿੱਤਰ ਸਿੰਘ ਆਪਣਾ ਪਟਿਆਲੇ ਵਾਲੇ ਦੇ ਰਾਜਵੀਰ ਦੇ ਫਾਦਰ MLA ਰਹੇ ਨੇ, ਉਹਨਾਂ ਦੇ ਹਲਕਾ ਰਿਹਾ, ਬੀਬੀ ਦਲਜੀਤ ਕੌਰ ਦਾ ਹਲਕਾ ਰਿਹਾ, ਉਦੋਂ ਅਕਾਲੀ ਦਲ 36,000 'ਤੇ ਸੀਟਾਂ ਜਿੱਤ ਕੇ ਤੁਹਾਨੂੰ ਦਿੰਦਾ ਰਿਹਾ। ਅਤੇ ਫਿਰ ਇਹਦਾ ਮਤਲਬ ਕੀ ਹੈ ਕਿ ਜਿਵੇਂ ਹੁਣ ਆਪਾਂ ਗੱਲ ਚੱਲ ਰਹੀ ਹੈ ਵੀ ਇਹ ਰਵਾਇਤੀ ਜਿਹੜੀਆਂ ਸੀਟਾਂ ਨੇ, ਜਿਹੜੀਆਂ ਆਪਣੀਆਂ ਪੱਕੀਆਂ ਸੀਟਾਂ ਨੇ, ਉਹ ਅਕਾਲੀ ਦਲ ਨੇ ਪਹਿਲਾਂ ਹੀ ਜਿਹੜੀ ਆ ਕਿ ਬਸਪਾ ਨੂੰ ਸੌਂਪ ਦਿੱਤੀ, ਇਹਦਾ ਮਤਲਬ ਕਿ ਜਿਹੜੇ ਉਹ ਆਪਣੇ ਕੈਂਡੀਡੇਟਾਂ ਨੂੰ ਇਸ ਦੇ ਕਾਬਲ ਨਹੀਂ ਸਮਝਦੇ? ਇੱਥੇ ਮੈਂ ਉਹੀ ਕਹਿਣ ਲੱਗਾ ਸੀ ਜਿਹੜੀ ਗੱਲ ਤੁਸੀਂ ਕਹਿਤੀ ਹੈ, ਮੈਂ ਇਹੀ ਕਹਿਣ ਲੱਗਾ ਸੀ ਵੀ ਜਾਂ ਤਾਂ ਉਹਨਾਂ ਨੂੰ ਇੱਥੇ ਕੋਈ ਇਹੋ ਜਿਹੇ ਕੈਂਡੀਡੇਟ ਨਜ਼ਰ ਨਹੀਂ ਆ ਰਹੇ ਜਿਹੜੇ ਜੈਸਮੈਨ ਬਣ ਕੇ ਹੱਥ ਖੜ੍ਹੇ ਕਰਨ ਵਾਲੇ ਹੋਣ। ਮਿਸਾਲ ਦੇ ਤੌਰ 'ਤੇ ਮੈਂ ਕਦੇ ਜੈਸਮੈਨ ਨਹੀਂ ਬਣ ਸਕਦਾ ਕਿਸੇ ਦਾ ਵੀ, ਮੈਂ ਜੈਸਮੈਨ ਬਣੂੰਗਾ ਤਾਂ ਅਕਾਲ ਪੁਰਖ ਦਾ ਹੀ ਬਣੂੰਗਾ, ਜਾਂ ਮੈਂ ਬਣਦਾ ਜੈਸਮੈਨ, ਮੈਨੂੰ ਸਾਹਮਣੇ ਕੋਈ ਨਜ਼ਰ ਆਵੇ ਕਿ ਬੰਦਾ ਯਾਰ ਸਹੀ ਗੱਲ ਕਰ ਰਿਹਾ, ਮੈਂ ਇਹਦੇ ਨਾਲ ਸਹਿਮਤੀ ਪ੍ਰਗਟ ਕਰ, ਮੈਂ ਉਹਦੇ ਫੈਸਲੇ ਨੂੰ ਆਪਣਾ ਫੈਸਲਾ ਨਹੀਂ ਮੰਨ ਕੇ ਚੱਲਣ ਵਾਲਾ, ਮੈਂ ਆਪਣਾ ਹੱਕ ਦੇ ਨਾਲ ਦੱਸਾਂਗਾ ਵੀ ਆਹ ਗਲਤ ਹੈ ਆ ਠੀਕ ਹੈ, ਫਿਰ ਮੈਂ ਉਹ 'ਤੇ ਕਨਵਿੰਸ ਕਰੇ ਮੈਨੂੰ ਬੰਦਾ ਵੀ ਹਾਂ ਯਾਰ ਇਹ ਤੂੰ ਗਲਤ ਕਹਿ ਰਿਹਾ, ਮੈਂ ਠੀਕ ਕਹਿ ਰਿਹਾ, ਮੈਂ ਕਨਵਿੰਸ ਹੋ ਜਾਵਾਂਗਾ ਤਾਂ ਮੈਂ ਉਹਦੇ ਨਾਲ ਰਲ ਜਾਵਾਂਗਾ। ਜੇ ਉਹ ਸਾਡੀ ਆਵਾਜ਼ ਨੂੰ ਦਬਾ ਕੇ ਉਹ ਕਹੇ ਜੈਸਮੈਨ ਬਣੋ ਹੱਥ ਖੜ੍ਹੇ ਕਰੋ, ਉਹ ਸਾਡੇ ਕੋਲ ਕੰਮ ਨਹੀਂ ਹੋਣਾ। ਬਿਲਕੁਲ, ਅਤੇ ਇੱਕ ਹੋਰ ਮਨਜੀਤ ਸੇਠੀ ਜੀ, ਜਿਵੇਂ ਕਿ ਲਗਾਤਾਰ ਤੁਸੀਂ ਆਪਣਾ ਸਿਆਸਤ ਦੇ ਵਿੱਚ ਵੀ ਹੋ ਅਤੇ ਸਮਾਜ ਸੇਵਾਵਾਂ ਵੀ ਤੁਸੀਂ ਬਹੁਤ ਕਰਦੇ ਹੋ, ਜਦੋਂ ਅਕਾਲੀ ਦਲ ਪਹਿਲਾਂ ਸੀ BJP ਦੇ ਨਾਲ ਗੱਠਜੋੜ ਚੱਲਦਾ ਸੀਗਾ ਤਾਂ 9 ਮਾਸ ਦਾ ਰਿਸ਼ਤਾ ਸੀਗਾ, ਅਤੇ ਉਸ ਟਾਈਮ ਇਹ ਗੱਲ ਕਹੀ ਜਾਂਦੀ ਸੀ ਕਿ ਪੰਜਾਬ ਨੂੰ ਕੈਲੀਫੋਰਨੀਆ ਬਣਾ ਦਿੱਤਾ ਜਾਏਗਾ, ਪੰਜਾਬ ਨੂੰ ਕਦੇ ਅਮੈਰੀਕਾ ਬਣਾ ਦਿੱਤਾ ਗਿਆ, ਇਸ ਤਰ੍ਹਾਂ ਦੇ ਜਿਹੜੇ ਨਾਰੇ ਇੱਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ। ਜੇ ਸਾਡੇ ਸ਼ਹਿਰ ਸਾਹਿਬਜ਼ਾਦਾ JC ਨਗਰ ਜ਼ਿਲ੍ਹੇ ਦੇ ਵਿੱਚ ਵੀ ਆਉਂਦੇ ਸੀਗੇ, ਬਾਦਲ ਪਰਿਵਾਰ ਦੇ ਵਿੱਚੋਂ ਕੋਈ ਵੀ ਇੱਥੇ ਆਉਂਦਾ ਸੀਗਾ ਤਾਂ ਉਹ ਕਹਿੰਦੇ ਸੀ ਅਸੀਂ ਇਸ ਦੀ ਨੁਹਾਰ ਬਦਲ ਦੇਵਾਂਗੇ, ਅਤੇ ਮੇਰਾ ਖਿਆਲ ਵੀ ਅੱਜ ਤੱਕ ਕੋਈ ਜ਼ਿਆਦਾ ਨੁਹਾਰ ਬਦਲੀ ਨਹੀਂ ਦੇਖੀ, ਕੋਈ ਜੋ ਹਾਲ ਹੈ ਉੱਥੇ ਦਾ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਦੇਖੋ ਦੂਜੀ ਗੱਲ, ਉਦੋਂ ਤਾਂ ਕੈਲੀਫੋਰਨੀਆ ਬਣਾਉਂਦੇ ਸੀਗੇ ਅਤੇ ਹੁਣ ਕਹਿੰਦੇ ਨੇ ਸੋਚ ਵਿਕਾਸ ਦੀ ਨਵੇਂ ਪੰਜਾਬ ਦੀ, ਉਹ ਕਿਹੜੀ ਸੋਚ ਨਵੀਂ ਵਿਕਾਸ ਦੀ ਲੈ ਕੇ ਆ ਰਹੇ ਅਤੇ ਕਿਹੜੇ ਨਵੇਂ ਪੰਜਾਬ ਦੀ ਗੱਲ ਕਰ ਰਹੇ? ਮੈਂ ਤੁਹਾਨੂੰ ਦੋ ਗੱਲਾਂ ਕਹਿਣੀਆਂ, ਜਿਹੜੇ ਤੁਸੀਂ ਪਹਿਲਾਂ ਕਿਹਾ ਨਾ ਵੀ ਇੱਥੇ ਬਾਦਲ ਪਰਿਵਾਰ ਦੇ ਬੰਦੇ ਆਉਂਦੇ ਸੀ, ਉਸ ਵੇਲੇ ਹਕੂਮਤ ਬਾਦਲ ਪਰਿਵਾਰ ਦੀ ਸੀਗੀ ਇੱਥੇ, ਪਰਿਵਾਰ ਦੀ ਨਾ ਕਹੋ ਵੀ ਉਸ ਵੇਲੇ ਅਕਾਲੀ ਸਰਕਾਰ ਦੀ ਸੀ, ਅਕਾਲੀ ਸਰਕਾਰ ਲਾ ਲਓ, ਅਕਾਲੀ ਸਰਕਾਰ ਦੀ ਸੀ ਇੱਥੇ ਸਾਡੇ 'ਤੇ ਹਕੂਮਤ ਉਸ ਵਕਤ। ਜੇ ਕੋਈ ਇਹਨੂੰ ਮਤਲਬ ਕੈਲੀਫੋਰਨੀਆ ਬਣਾਉਣਾ ਹੁੰਦਾ ਤਾਂ ਦਿਖਾਉਂਦੇ 10 ਸਾਲ ਰਾਜ ਦੇ ਵਿੱਚ ਬਣਾ ਕੇ, 5 ਸਾਲ ਪਿਛਲੇ ਜਿਹੜੇ ਮਿਊਂਸੀਪਲ ਕਾਰਪੋਰੇਸ਼ਨ ਨੇ ਇੱਥੇ ਕੰਮ ਕੀਤਾ, ਪਿਛਲੇ 30 ਸਾਲਾਂ ਜਿੱਥੇ ਮੋਹਾਲੀ 'ਚੋਂ ਕੰਮ ਨਹੀਂ ਸੀ ਹੋਇਆ। ਬਿਲਕੁਲ, ਅਤੇ ਹੁਣ ਜਿਹੜੀ ਹੁਣ ਮੌਜੂਦਾ ਕਾਰਪੋਰੇਸ਼ਨ ਬੈਠੀ ਹੈ, ਮੈਂ ਤਾਂ ਦਾਅਵੇ ਨਾਲ ਕਹਿੰਦਾ ਉਹ ਸਾਡੇ ਕੀਤੇ ਹੋਏ ਕੰਮਾਂ 'ਤੇ ਸਿਰਫ ਪੈਚ ਲਾ ਕੇ ਹੀ ਦਿਖਾ ਦੇਵੇ ਵੀ ਹਾਂ ਇਹ ਕੰਮ ਅਸੀਂ ਕਰ ਲਏ ਨੇ। ਆਹ ਹੁਣ ਵੀ ਜਿਹੜੇ ਵਿਕਾਸ ਦੇ ਕੰਮ ਚੱਲ ਰਹੇ ਸਾਡੇ ਪਾਸ ਕੀਤੇ ਹੋਏ, ਕਰੋਨਾ ਕਰਕੇ ਬੰਦ ਸੀ ਅਤੇ ਉਹ ਚੱਲ ਰਹੇ ਨੇ ਹੁਣ ਕੰਮ, ਇਹਨਾਂ ਕੋਲੋਂ ਹਜੇ ਤੱਕ ਇੱਕ ਟੈਂਡਰ ਨਹੀਂ ਲੱਗ ਸਕਿਆ।
ਅੱਜ ਆਏ ਨੂੰ 4 ਮਹੀਨੇ ਹੋ ਗਏ ਨੇ, 4 ਮਹੀਨਿਆਂ 'ਚ ਇੱਕ ਟੈਂਡਰ ਨਹੀਂ ਲਾ ਸਕੇ। ਠੀਕ, ਹਾਂ ਇਹ ਜ਼ਰੂਰ ਹੈ, ਮੈਂ ਤੁਹਾਨੂੰ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਸੋਚ ਵਿਕਾਸ ਦੀ ਨਵੇਂ ਪੰਜਾਬ ਦੀ, ਮੈਨੂੰ ਤਾਂ ਹਾਸਾ ਜਿਹਾ ਕਈ ਵਾਰੀ ਆ ਜਾਂਦਾ ਵੀ ਪੰਜਾਬ ਨਵਾਂ ਕਿਹੜਾ ਹੈ, ਪੰਜਾਬ ਦਾ ਤਾਂ ਉਹੀ 23 ਜ਼ਿਲ੍ਹੇ ਨੇ, ਹੁਣ ਇੱਕ ਜ਼ਿਲ੍ਹਾ ਵਧਾਤਾ, ਪਹਿਲਾਂ 22 ਸੀਗੇ, ਇੱਕ 23 ਇਹ ਜੁਰੀਡਿਕਸ਼ਨ ਤਾਂ ਕੋਈ ਵਧੀ ਨਹੀਂ, ਨਵਾਂ ਪੰਜਾਬ ਕਿਹੜਾ ਆਊਗਾ, ਮੈਨੂੰ ਇਹ ਨਹੀਂ ਸਮਝ ਆਈ। ਮੈਨੂੰ ਤਾਂ ਪੰਜਾਬ ਉਹ ਚਾਹੀਦਾ ਜਿਹੜਾ ਗੁਰੂ ਨਾਨਕ ਦਾ, ਬਾਬੇ ਨਾਨਕ ਦਾ ਪੰਜਾਬ ਸੀ, ਗੁਰੂ ਗੋਬਿੰਦ ਸਿੰਘ ਦਾ ਵਰਸੋਇਆ ਹੋਇਆ ਪੰਜਾਬ ਸੀ, ਉਹ ਪੰਜਾਬ ਚਾਹੀਦਾ। ਉਹਨੇ ਆ ਸਾਬਤ ਵੀ ਕਰ ਦਿੱਤਾ, ਜਿੱਤ ਕਰੋਨਾ ਮਹਾਂਮਾਰੀ ਵਿੱਚ ਉਹ ਸਾਡੇ ਪਰਿਵਾਰਾਂ ਨੇ ਸਾਬਤ ਕਰਤਾ, ਅਸੀਂ ਉਸੇ ਪੰਜਾਬ ਦੇ ਪੁਰਾਣੇ ਦੇ ਵਾਰਸ ਅਸੀਂ ਜੀਂਦੇ ਹਾਂ ਅਜੇ। ਬਿਲਕੁਲ ਠੀਕ ਹੈ। ਜਿਹਦੇ 'ਚ ਮੇਜਰ ਸਿੰਘ ਜੀ ਮੈਂ ਕਹਿਣਾ ਵੀ ਚਾਹੂੰਗਾ ਤੁਹਾਡੇ ਇਹਦੇ ਵਿੱਚ ਵੀ ਤੁਹਾਡੀ ਵੀ ਕੰਟਰੀਬਿਊਸ਼ਨ ਉਸ ਮਹਾਂਮਾਰੀ 'ਚ ਬਹੁਤ ਵੱਡੀ ਸੀਗੀ। ਤੁਸੀਂ ਜਾ ਕੇ ਸੈਨੇਟਾਈਜ਼ ਕਰਨਾ ਥਾਂ ਥਾਂ 'ਤੇ, ਤੁਸੀਂ ਆਪ ਆਪਣੇ ਲੱਦ ਕੇ ਰਾਸ਼ਨ ਲੈ ਕੇ ਲੋਕਾਂ ਦੇ ਘਰਾਂ 'ਚ ਪਹੁੰਚਾਉਣਾ। ਇਹ ਉਹ ਪੁਰਾਣੇ ਪੰਜਾਬ ਦੇ ਤੁਹਾਡੇ ਅੰਦਰ ਕੋਈ ਸੀਗੇ ਵਿਰਸੇ ਦੇ ਵਿੱਚ ਮਿਲੇ ਹੋਏ ਤੁਹਾਨੂੰ ਕੋਈ ਗੁਣ ਸੀ ਜਿਹਦੇ ਨਾਲ ਤੁਸੀਂ ਦੱਸਿਆ ਵੀ ਅਸੀਂ ਪੰਜਾਬ ਦੇ ਕਿਹੜੇ ਦੇ ਵਾਰਸ ਹਾਂ, ਅਸੀਂ ਗੁਰੂ ਨਾਨਕ ਦਾ ਪੰਜਾਬ ਚਾਹੁੰਦੇ ਹਾਂ ਜਿਹੜਾ ਸੀਗਾ, ਕਰਤਾਰਪੁਰ ਦੀ ਧਰਤੀ ਤੋਂ ਸ਼ੁਰੂ ਹੋਇਆ ਸੀ ਉਹ ਪੰਜਾਬ। ਬਿਲਕੁਲ ਜੀ ਬਿਲਕੁਲ, ਕਿਰਤ ਕਰਕੇ ਦੱਸਣ ਵਾਸਤੇ। ਅੱਜ ਕਰਤਾਰਪੁਰ ਵੱਲ ਕੰਨੀ ਮੂੰਹ ਨਹੀਂ ਕਰਦਾ ਕੋਈ, ਮੀਟਿੰਗਾਂ ਕਿੱਥੇ ਹੁੰਦੀਆਂ ਨੇ, ਜਿਹਨੂੰ ਆਪ ਹੀ ਕਹਿੰਦੇ ਨੇ ਪੱਥਰਾਂ ਦਾ ਸ਼ਹਿਰ, ਉੱਥੇ ਹੁੰਦੀਆਂ ਨੇ। ਬਿਲਕੁਲ ਜੀ ਬਿਲਕੁਲ, ਜੇ ਨਵੇਂ ਪੰਜਾਬ ਦੀ ਸੋਚ ਲੈਣੀ ਹੈ ਕਰਤਾਰਪੁਰ ਜਾ ਕੇ ਮੀਟਿੰਗ ਕਰੋ, ਉੱਥੇ ਏਸੀ ਹਾਲ ਨਹੀਂ ਨਾ ਮਿਲਣੇ, ਇਸ ਕਰਕੇ ਮੀਟਿੰਗ ਨਹੀਂ ਹੈਗੀ। ਸਾਨੂੰ ਹਰੀ ਸਿੰਘ ਨਲੂਏ ਵਰਗੇ ਵਾਰਸ ਚਾਹੀਦੇ ਨੇ, ਅਕਾਲੀ ਫੂਲਾ ਸਿੰਘ ਵਰਗੇ ਵਾਰਸ ਚਾਹੀਦੇ ਨੇ ਸਾਨੂੰ, ਤਾਂ ਅਸੀਂ ਪੰਜਾਬ ਨਵੇਂ ਦੀ ਸੋਚ ਰੱਖ ਸਕਦੇ ਹਾਂ ਵੀ ਕੋਈ ਅਸੀਂ ਡਿਵੈਲਪਮੈਂਟ ਵੱਲ ਸੋਚਾਂਗੇ। ਡਿਵੈਲਪਮੈਂਟ ਪੰਜਾਬ ਦੀ ਘੱਟ ਹੁੰਦੀ ਹੈ, ਪਰਸਨਲ ਡਿਵੈਲਪਮੈਂਟ ਜ਼ਿਆਦਾ ਹੁੰਦੀ ਹੈ। ਯਾਨੀ ਕਹਿਣ ਦਾ ਮਤਲਬ ਇਹ ਹੈ ਕਿ ਟੁਕੜੀਆਂ, ਅੱਗੇ ਕਹਿੰਦੇ ਸੀਗੇ ਪੰਜਾਬ ਦੇ ਟੁਕੜੇ ਹੋ ਗਏ, ਪਰ ਜੇ ਹੁਣ ਜੇ ਅਸੀਂ ਦੇਖੀਏ ਤਾਂ ਤੁਹਾਨੂੰ ਇੰਝ ਨਹੀਂ ਲੱਗਦਾ ਕਿ ਪੰਜਾਬ ਦੀਆਂ ਟੁਕੜੀਆਂ ਹੋ ਰਹੀਆਂ ਨੇ? ਬਿਲਕੁਲ, ਜਿਹੜੀ ਤੁਸੀਂ ਮੇਜਰ ਜੀ ਹੁਣੇ ਗੱਲ ਕੀਤੀ ਨਾ ਪੰਜਾਬ ਦੀਆਂ ਟੁਕੜੀਆਂ, ਇਹਨੂੰ ਮੈਂ 2 ਨਜ਼ਰੀਏ ਨਾਲ ਦੇਖਣਾ ਚਾਹੁੰਦਾ। ਇੱਕ ਤਾਂ ਸ਼ਾਇਦ ਜਿਹੜੀ ਆਮ ਜਨਤਾ 'ਚ ਨਜ਼ਰੀਆ ਕਿ ਵੀ ਜ਼ਿਲ੍ਹੇ ਜ਼ਿਆਦਾ ਬਣ ਗਏ, ਬਿਲਕੁਲ ਉਹ ਕੋਈ ਗੱਲ ਨਹੀਂ, ਬਣਨੇ ਚਾਹੀਦੇ ਨੇ ਕਿਉਂਕਿ ਪਾਪੂਲੇਸ਼ਨ ਦਾ ਵਾਧਾ ਹੋ ਰਿਹਾ, ਬੰਦਿਆਂ ਦਾ ਕੰਮ ਇੱਕ ਜ਼ਿਲ੍ਹੇ 'ਚ ਨਹੀਂ ਕੰਪਲੀਟ ਹੋ ਰਿਹਾ ਅਤੇ ਨੇੜੇ ਜਾ ਕੇ ਦੂਜੇ ਉਹ ਕਰਨਾ ਚਾਹੀਦਾ। ਪਰ ਜਿਹੜੀ ਸੋਚ ਗੁਰੂ ਨਾਨਕ ਦੀ ਸੀ ਨਾ, ਉਸ ਸੋਚ 'ਤੇ ਟੁਕੜੀ ਨਾ ਹੋਵੇ, ਉਹ ਕਹਿੰਦਾ ਮਾਨਸ ਕੀ ਜਾਤ ਸਭੇ ਏਕ ਪਹਿਚਾਨ ਵੋ, ਉਹ ਨਾ ਟੁਕੜੀ ਹੋਵੇ ਕਰੇ। ਹੁਣ ਜਿੱਦਾਂ ਪੀਲੇ ਦੇ ਨਾਲ ਨੀਲਾ ਝੰਡਾ ਲਾ ਕੇ ਇਹ ਕੀ ਦਰਸਾਉਣਾ ਚਾਹੁੰਦੇ ਨੇ? ਇਹ ਟੁਕੜੀ ਹੈ। ਪੀਲੇ ਦੇ ਨਾਲ ਪਹਿਲਾਂ ਭਗਵਾ ਝੰਡਾ ਲਾ ਕੇ, ਚਲੋ ਉਹ ਤਾਂ ਮੈਂ ਮੰਨ ਲਿਆ ਕਿ ਕਮਿਊਨਿਟੀ ਅਲੱਗ ਸੀ, ਸਾਡੀ ਅਲੱਗ ਕਮਿਊਨਿਟੀ ਸੀਗੀ, ਉਹਦੇ 'ਚ ਤਾਂ ਅਸੀਂ ਸੋਚ ਸਮਝ ਸਕਦੇ ਹਾਂ ਵੀ ਚਲੋ ਅਲੱਗ ਉਹਨਾਂ ਨੇ ਇੱਕ ਨਿਸ਼ਾਨ ਦੇਣਾ ਸੀ। ਪਰ ਸੇਮ ਕਮਿਊਨਿਟੀ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਜੇ ਆਪਾਂ BSP ਦੇ ਲਈਏ, ਮੋਸਟ ਆਫ ਦੀ ਪੀਪਲਸ ਬਿਲੋਂਗਸ ਟੂ ਅਵਰ 6 ਫੈਮਲੀਜ਼, ਠੀਕ ਹੈ ਜੀ। ਫਿਰ ਉੱਥੇ ਇੱਕ ਨੀਲੇ ਦੇ ਨਾਲ ਪੀਲਾ ਝੰਡਾ ਲਾ ਕੇ ਇਹ ਟੁਕੜੀਆਂ ਹੋਣ ਤੋਂ ਬਚਾਉਣਾ ਚਾਹੀਦਾ ਪੰਜਾਬ ਨੂੰ, ਨਵੇਂ ਪੰਜਾਬ ਦੀ ਸੋਚ ਅਤੇ ਵਿਕਾਸ ਦੀ ਸੋਚ ਤਾਂ ਹੀ ਆਏਗੀ। ਮਨਜੀਤ ਜੀ, ਜੇ ਇੱਕ ਹੋਰ ਗੌਰ ਨਾਲ ਦੇਖੀਏ ਕਿ ਕੱਲ੍ਹ ਦੀ ਜਦੋਂ ਇਹਨਾਂ ਦਾ ਆਪਣਾ ਗੱਠਜੋੜ ਹੋਇਆ ਚੰਡੀਗੜ੍ਹ ਦੇ ਵਿੱਚ, ਬੜਾ ਵੱਡਾ ਇਹਨਾਂ ਨੇ ਪ੍ਰੋਗਰਾਮ ਕੀਤਾ, ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਭੱਦੀਆਂ ਜਿਹੜੀਆਂ ਕਿ ਟਿੱਪਣੀਆਂ ਵਿਚਾਰੀਆਂ ਨੇ, ਬੜੇ ਤਰ੍ਹਾਂ ਦੇ ਜਾਣੀ ਕਿ ਲੋਗੋ ਬਣਾ ਬਣਾ ਕੇ ਲੋਕ ਚਲਾ ਰਹੇ ਨੇ, ਬਹੁਤ ਕੁਝ ਲਿਖਣਾ, ਉਹ 'ਚ ਬਰਗਾੜੀ ਦੀਆਂ ਗੱਲਾਂ ਵੀ ਹੋ ਰਹੀਆਂ ਨੇ, ਹਰ ਤਰ੍ਹਾਂ ਦਾ ਜਾਣੀ ਕਿ ਹੋ ਰਿਹਾ। ਪਰ ਇਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਤੁਸੀਂ ਗੱਲ ਕੀਤੀ ਹੈ, ਗੁਰੂ ਨਾਨਕ ਪਾਤਸ਼ਾਹ ਨੇ ਤਾਂ ਕਿਹਾ ਵੀ ਕਿਰਤ ਕਰੋ ਨਾਮ ਜਪੋ ਵੰਡ ਛਕੋ, ਅਤੇ ਉਹਨਾਂ ਨੇ ਜਿਵੇਂ ਹੁਣ ਤੁਸੀਂ ਗੱਲ ਕੀਤੀ ਗੁਰਬਾਣੀ ਕਹਿੰਦੀ ਹੈ ਮਾਨਸ ਕੀ ਜਸ ਬਹਿ ਕੇ ਪਹਿਚਾਣ ਪੋ, ਪਰ ਇਹਦੇ ਵਿੱਚ ਜਿਹੜੇ ਸ਼ਬਦ ਵਰਤੇ ਜਾਂਦੇ ਨੇ, ਦਲਿਤ ਸ਼ਬਦ, ਜੱਟ ਸ਼ਬਦ, ਜਿਹੜੇ ਇੱਦਾਂ ਦੇ ਵਰਤੇ ਜੇ, ਕੀ ਉਹ ਆਪਣੇ 'ਚ ਇੱਕ ਨਵਾਂ ਵਿਤਕਰਾ ਨਹੀਂ ਪੈਦਾ ਕਰ? ਮੈਂ ਉਹੀ ਤਾਂ ਜਿਹੜੀ ਤੁਸੀਂ ਪਹਿਲਾਂ ਕਹਿੰਦੇ ਟੁਕੜੀਆਂ, ਇਹ ਟੁਕੜੀਆਂ ਨਹੀਂ ਹੋਣੀਆਂ ਚਾਹੀਦੀਆਂ। ਬਿਲਕੁਲ, ਜਾਤ ਅਤੇ ਪਾਤ ਅਤੇ ਇਹ ਟੁਕੜੀ ਨਹੀਂ ਹੋਣੀ ਚਾਹੀਦੀ। ਗੁਰੂ ਸਾਹਿਬ ਨੇ ਤਾਂ ਪੰਜਾਂ ਪਿਆਰਿਆਂ ਨੇ ਜਦੋਂ ਅੰਮ੍ਰਿਤ ਛਕਾਇਆ, ਉਹਨਾਂ 'ਚ ਸਾਰੇ ਜਾਤਾਂ ਦੇ ਬੰਦੇ ਲਿਆ ਕੇ ਇਕੱਠੇ ਕਰਕੇ ਸੰਦੇਸ਼ ਦਿੱਤਾ ਸੀ ਵੀ ਅਸੀਂ ਸਾਰੇ ਭਾਈਚਾਰਕ ਤੌਰ 'ਤੇ ਇੱਕ ਹੋ ਜਾਈਏ। ਬਿਲਕੁਲ, ਜੇ ਅਸੀਂ ਅੱਜ ਵੀ ਉਸੇ ਥਾਂ ਦੇ ਉੱਤੇ ਘੁੰਮ ਰਹੇ ਹਾਂ, ਅੱਛਾ ਅੱਧੇ ਨਾਲੋਂ ਵੱਧ ਜਿਹੜੇ ਆਪਣੇ ਸਿੱਖ ਲੀਡਰ ਨੇ ਨਾ, ਤੁਸੀਂ ਕਦੇ ਇਹਨਾਂ ਨੂੰ ਕੋਈ ਜਿਹੜੇ ਖੁਦ ਆਪਣੇ ਆਪ ਨੂੰ ਪੰਥਕ ਘੁਆਉਂਦੇ ਨੇ, ਇਹਨਾਂ ਦੇ ਹੱਥਾਂ ਦੀਆਂ ਜੇ ਮੁੰਦਰੀਆਂ ਗਿਣ ਲਿਓ ਕਿੰਨੀਆਂ ਕਪਾਈਆਂ ਹੁੰਦੀਆਂ ਨੇ। ਜੇ ਕਿਸੇ ਨੂੰ ਮੇਰੇ ਕੋਲ ਇੱਥੇ ਵੀਰ ਦਵਿੰਦਰ ਜੀ ਆ ਗਏ ਅਤੇ ਉਹਨਾਂ ਦੀ ਇੱਕ ਉਂਗਲ 'ਚ ਬਿੰਦ ਪਾਈ ਸੀ ਅਤੇ ਪੰਥਕ ਅਕਾਲੀ ਦਲ ਵੱਲੋਂ ਉਹ ਇਲੈਕਸ਼ਨ ਲੜਨ ਲਈ MP ਦੀ ਆਏ ਸੀ, ਮੈਨੂੰ ਉਹ ਕਹਿੰਦੇ ਜੀ ਤੁਸੀਂ ਮਦਦ ਕਰੋ, ਮੈਂ ਕਿਹਾ ਜੀ ਤੁਸੀਂ ਪੰਥਕ ਹੋ? ਕਹਿੰਦੇ ਹਾਂ। ਮੈਂ ਕਿਹਾ ਮੁੰਦਰੀ ਕਿਹੜੇ ਪੰਡਿਤ ਕੋਲੋਂ ਪੜ੍ਹਾ ਕੇ ਆਏ ਹੋ? ਉਹ ਨਹੀਂ 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 ਨਹੀਂ, ਮੈਂ ਕਿਹਾ ਫਿਰ ਇੱਥੇ ਮਹਾਰਾਜ ਦਾ ਪ੍ਰਕਾਸ਼ ਅੰਦਰ ਜਾ ਕੇ ਮੱਥਾ ਟੇਕੋ ਅਤੇ ਇੱਥੇ ਮੁੰਦਰੀ ਉਤਾਰ ਕੇ ਫਿਰ ਆਪਾਂ ਉਸ ਤੋਂ ਬਾਅਦ ਗੱਲ ਕਰਾਂਗੇ। ਆਪਣੇ ਆਪ ਨੂੰ ਉਹ ਬਹੁਤ ਪੰਥਕ ਗਿਣਦੇ ਨੇ, ਅੱਜ ਵੀ ਉਹਨਾਂ ਦੇ ਹੱਥਾਂ 'ਚ ਮੁੰਦਰੀਆਂ ਗਿਣ ਲਿਓ, ਵੀਰ ਦਵਿੰਦਰ ਦੇ ਮੈਂ ਕਿਹਾ 4 ਪਾਈਆਂ ਹੋਣਗੀਆਂ। ਉਹ ਪੰਥਕ ਹੋਣ ਵਾਸਤੇ ਤੁਹਾਨੂੰ ਗੁਰੂ ਨਾਨਕ ਦੀ ਸੋਚ 'ਤੇ ਪਹਿਰਾ ਦੇਣਾ ਪੈਣਾ। ਉਹ ਤਾਂ ਕਹਿੰਦਾ ਥਿੱਤ ਵਾਰ ਨਾ ਜੋਗੀ ਜਾਣਾ, ਗੁਰੂ ਨਾਨਕ ਸਾਹਿਬ ਨੇ ਥਿੱਤ ਵਾਰ ਨਾ ਜੋਗੀ ਜਾਣਾ, ਨਾ ਥਿੱਤ ਦਾ ਪਤਾ, ਨਾ ਵਾਰ ਦਾ ਪਤਾ, ਨਾ ਮਾਂ ਦਾ ਪਤਾ, ਨਾ ਰੁੱਤ ਦਾ ਪਤਾ, ਬਿਲਕੁਲ ਬਿਲਕੁਲ, ਜਾਂ ਕਰਤਾ ਸਿਸ਼ਟੀ ਕੋ ਸਾਜੇ। ਬਿਲਕੁਲ,
ਫਿਰ ਕਿਹੜੇ ਆ ਗਏ ਇੱਥੇ ਪੰਡਿਤ ਜਿਹੜੇ ਤੁਹਾਨੂੰ ਦੱਸਦੇ ਨੇ ਵੀ ਤੁਹਾਡੀ ਆ ਜਿੱਤ ਹੋ ਜਾਏਗੀ, ਤੁਹਾਡੀ ਹਾਰ ਹੋ ਜਾਏਗੀ? ਪੰਡਿਤ ਤਾਂ ਤੁਸੀਂ ਕਿਸੇ ਨੇ ਨਹੀਂ ਦੱਸਣਾ, ਤੁਹਾਡੇ ਕੀਤੇ ਹੋਏ ਕਰਮਾਂ ਨੇ ਤੁਹਾਨੂੰ ਅੱਗੇ ਲਿਆਉਣਾ ਅਤੇ ਜਨਤਾ ਨੇ ਤੁਹਾਡੇ ਵੋਟਾਂ ਪਾ ਕੇ ਤੁਹਾਨੂੰ ਅੱਗੇ ਜਿਤਾਉਣਾ। ਜਨਤਾ ਦੇ ਮਨ ਨੂੰ ਤੁਸੀਂ ਕਿਵੇਂ ਪੜ੍ਹਨਾ, ਇਹ ਲੀਡਰ ਨੂੰ ਪਤਾ ਹੁੰਦਾ ਕਿਵੇਂ ਪੜ੍ਹਨਾ। ਸੱਚ ਅਤੇ ਮਾਰਗ 'ਤੇ ਚੱਲਦਿਆਂ ਜਨਤਾ ਦੇ ਮਨ ਨੂੰ ਪੜ੍ਹਿਆ ਜਾ ਸਕਦਾ। ਚਲੋ ਆਪਣਾ ਸਮਾਂ ਵੀ ਕਾਫੀ ਹੋ ਗਿਆ ਅਤੇ ਸਮਾਂ ਹੁਣ ਜਾਚ ਨਹੀਂ ਦਿੰਦਾ, ਪਰ ਮੈਂ ਜਾਂਦਾ ਜਾਂਦਾ ਇੱਕ ਗੱਲ, ਇੱਕ ਸਵਾਲ ਦੁਬਾਰਾ ਤੁਹਾਡੇ ਨਾਲ ਜ਼ਰੂਰ ਕਰਨਾ ਚਾਹਾਂਗਾ ਕਿ ਜਿਹੜਾ ਇਹ ਹੁਣ ਗੱਠਬੰਧਨ ਹੋਇਆ ਅਕਾਲੀ ਦਲ ਦਾ ਅਤੇ ਬਸਪਾ ਦਾ, ਕੀ ਇਹ 2022 ਦੀਆਂ ਵੋਟਾਂ ਦੇ ਵਿੱਚ ਇਹਨਾਂ ਨੂੰ ਜਿਤਾ ਪਾਏਗਾ, ਅਤੇ ਜਾਂ ਫਿਰ ਬਰਗਾੜੀ ਦੀ ਜਿਹੜੀ ਤਕਲੀਫ ਹੈਗੀ ਆ ਹਰ ਵਿਅਕਤੀ ਦੇ ਦਿਲ ਵਿੱਚ, ਉਹ ਇਹਨਾਂ ਨੂੰ ਲੈ ਡੁੱਬੇਗੀ? ਮੈਂ ਦੱਸਦਾ, ਜਿਹੜੀ ਗੱਲ ਤੁਸੀਂ ਪਹਿਲੀ ਕਹੀ ਹੈ ਨਾ ਵੀ ਜਿਤਾ ਪਾਏਗਾ, ਮੈਂ ਤਾਂ ਆਪਣੀ ਪਾਰਟੀ ਆ ਮੇਰੀ, ਮੈਂ ਤਾਂ ਅੱਜ ਵੀ ਅਰਦਾਸ ਕਰਦਾ, ਸਵੇਰੇ ਵੀ ਉੱਠਦੇ ਅਰਦਾਸ ਕਰਦਾ ਕਿ ਇਹਦੀ ਚੜ੍ਹਦੀ ਕਲਾ ਹੋਵੇ, ਜੇ ਜਿੱਤੇਗੀ ਤਾਂ ਹੀ ਚੜ੍ਹਦੀ ਕਲਾ ਹੋਏਗੀ, ਬਿਲਕੁਲ, ਜੇ ਉਹਦੀ ਹੋਏਗੀ ਤਾਂ ਸਾਡੀ ਵੀ ਹੋਏਗੀ, ਬਿਲਕੁਲ। ਪਰ ਨਾਲ ਦੀ ਨਾਲ ਜਿਹੜਾ ਵੱਡਾ ਦਰਦ ਹੈ ਨਾ ਸਾਡੇ ਮਨਾਂ ਦੇ ਵਿੱਚ, ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ। ਹੁਣ ਇਹ ਜੇ ਮੰਨਣ ਜਾਂ ਨਾ ਮੰਨਣ, ਵੀ ਉਸ ਵਕਤ ਇਹਨਾਂ ਨੂੰ ਸਾਰਾ ਚਿਹਰਾ ਇਹਨਾਂ ਦੇ ਸਾਹਮਣੇ ਸੀ ਵੀ ਕਿੰਨੇ ਜ਼ੁਲਮ ਕੀਤਾ, ਕਿੰਨੇ ਇਹ ਘਨੌਣੀ ਹਰਕਤ ਕੀਤੀ ਹੈ, ਜੇ ਉਸ ਵੇਲੇ ਫੜ ਕੇ ਉਹਨੂੰ ਡੱਕ ਕੇ ਮਾਰ ਕੇ ਉਹਨੂੰ ਜੋ ਸਜ਼ਾ ਬਣਦੀ ਸੀ ਦੇ ਦੇਣਾ, ਇੱਕ ਆਪਣੀਆਂ 10 ਸੀਟਾਂ ਬਚਾਉਣ ਖਾਤਰ ਤੁਸੀਂ ਸਾਰੀ ਜਨਤਾ ਦੇ ਅੱਖਾਂ 'ਚ ਘੱਟਾ ਪਾਤਾ ਯਾਰ ਉਸ ਵੇਲੇ।